18 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਜਨਮ ਦਿਹਾੜੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਉਨ੍ਹਾਂ ਦੇ ਜਨਮ ਸਥਾਨ ਵਾਰਾਣਸੀ ਪਹੁੰਚ ਰਹੇ ਹਨ। ਇਸ ਨੂੰ ਲੈ ਕੇ ਜਲੰਧਰ ਤੋਂ ਵੀ ਅੱਜ ਇੱਕ ਸਪੈਸ਼ਲ ਟ੍ਰੇਨ ਵਾਰਾਣਸੀ ਰਵਾਨਾ ਹੋਈ। ਇਹ ਸਾਰੇ ਸ਼ਰਧਾਲੂ 18 ਤਰੀਕ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ 'ਤੇ ਵਾਰਾਣਸੀ ਵਿੱਚ ਮੱਥਾ ਟੇਕਣਗੇ ਅਤੇ ਉਸ ਤੋਂ ਬਾਅਦ ਇਸੇ ਟ੍ਰੇਨ ਰਾਹੀਂ ਜਲੰਧਰ ਵਾਪਸ ਪੁੱਜਣਗੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾਉਣ ਵਾਸਤੇ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਵਰਤਮਾਨ ਗੱਦੀਨਸ਼ੀਨ ਡੇਰਾ ਸ੍ਰੀ 108 ਸੰਤ ਸਰਬੰਦ ਦਾਸ ਜੀ ਸੱਚਖੰਡ ਬੱਲਾਂ ਜਲੰਧਰ ਅਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਉਹਨਾਂ ਦੀ ਅਗਵਾਈ ਹੇਠ ਇਹ ਸਪੈਸ਼ਲ ਟ੍ਰੇਨ ਜਲੰਧਰ ਤੋਂ ਬਨਾਰਸ ਵਿਖੇ ਜਾ ਰਹੀ ਹੈ, ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਹੁਤ ਹੀ ਸ਼ਰਧਾ ਪ੍ਰੇਮ ਦੇ ਨਾਲ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਹਾੜਾ ਜੋ ਕਿ 19 ਫਰਵਰੀ ਮੁਤਾਬਕ ਮਨਾਇਆ ਜਾ ਰਿਹਾ ਹੈ, ਔਰ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਸਮੁੱਚੀਆਂ ਸੰਗਤਾਂ ਨੂੰ ਨਾਲ ਲੈ ਕੇ ਇਸ ਸਪੈਸ਼ਲ ਟ੍ਰੇਨ ਰਾਹੀਂ ਬਨਾਰਸ ਵਿਖੇ ਜਾ ਰਹੇ ਹਨ, ਕਿਉਂਕਿ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਨੂੰ ਜੋ ਪ੍ਰੇਮ ਦਾ ਸੰਦੇਸ਼ ਦਿੱਤਾ ਹੈ, ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ ਹੈ, ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠਿਓ ਆਏ ਸੱਚੇ ਸੁਆਮੀ ਮਿਲਣ ਕੋ ਆਨੰਦ ਕਹਿਓ ਨਾ ਜਾਏ। ਅੱਜ ਉਹੀ ਉਪਦੇਸ਼ ਪ੍ਰਭੂ ਭਗਤੀ ਦਾ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਸੰਗਤਾਂ ਨੂੰ ਦੇ ਰਹੇ ਹਨ, ਅਤੇ ਉਹਨਾਂ ਦੀ ਅਗਵਾਈ ਹੇਠ ਅੱਜ ਇਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਬਨਾਰਸ ਵਿਖੇ ਜਾ ਰਹੀਆਂ ਹਨ। ਤੋ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਅਸੀਂ ਸਾਰੇ ਹੀ ਆਪਣਾ ਜੋ ਜੀਵਨ ਹੈ ਉਸ ਨੂੰ ਸਫਲ ਬਣਾ ਰਹੇ ਹਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜੋ ਪਾਵਨ ਉਪਦੇਸ਼ ਦਿੱਤੇ ਹਨ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ, ਉਹਨਾਂ ਦੇ ਉਪਦੇਸ਼ਾਂ 'ਤੇ ਚੱਲ ਕੇ ਸਾਨੂੰ ਸਭ ਨੂੰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਜੈ ਗੁਰੂ। ਮੇਰਾ ਕਿਸ਼ੋਰ ਕੁਮਾਰ, ਜੋ ਅੱਜ ਬਨਾਰਸ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਵਾਸਤੇ ਜਲੰਧਰ ਤੋਂ ਸੰਗਤ ਗੱਡੀ ਦੇ ਰੂਪ 'ਚ ਜਾ ਰਹੀ ਵੱਧ ਚੜ੍ਹ ਕੇ ਹਿੱਸਾ ਲੈਣ ਵਾਸਤੇ, ਇਹ ਉਪਰਾਲਾ ਸੰਤ ਨਿਰੰਜਨ ਦਾਸ ਡੇਰਾ ਸੱਚਖੰਡ ਮੰਡਾ ਵਾਲਿਆਂ ਵੱਲੋਂ ਕੀਤਾ ਗਿਆ ਹੈ। ਇਹ ਸੰਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ। ਮੈਂ ਇਸ ਗੁਰਪੁਰਬ ਦੇ ਮੌਕੇ 'ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਹਾਂਜੀ ਸਰ, ਮੇਰਾ ਨਾਮ ਕਵਿਤਾ ਸਰ, ਮੈਂ 20th ਟਾਈਮ ਜਾ ਰਹੀ ਹਾਂ। ਹਾਂਜੀ ਸਰ, ਮੈਨੂੰ ਕਾਫੀ ਅੱਛਾ ਮਹਿਸੂਸ ਹੋ ਰਿਹਾ ਆ। ਚਲੋ ਅਸੀਂ ਸੰਗਤ ਦੇ ਨਾਲ ਜਾ ਰਹੇ ਹਾਂ ਅਤੇ ਗੁਰੂ ਜੀ ਸਾਡੇ ਨਾਲ ਜਾ ਰਹੇ ਆ। ਹਾਂਜੀ, ਕਾਫੀ ਆਨੰਦਦਾਇਕ। ਹਾਂਜੀ, ਕਾਫੀ ਅੱਛਾ ਲੱਗ ਰਿਹਾ। ਮੇਰਾ ਨਾਮ ਰਜਨੀ ਬਾਲਾ। ਹਾਂਜੀ, ਮੈਂ ਫਸਟ ਟਾਈਮ ਜਾ ਰਹੀ ਹਾਂ ਇਸ ਟਾਈਮ। ਬਹੁਤ ਵਧੀਆ ਲੱਗ ਰਿਹਾ ਮੈਨੂੰ, ਬਹੁਤ ਜ਼ਿਆਦਾ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਰਹੀ ਹਾਂ ਉਹਨਾਂ ਦੇ ਨਾਲ। ਹਾਂਜੀ, ਮੈਸੇਜ ਮੈਂ ਇਹੀ ਦੇਣਾ ਚਾਹੁੰਦੀ ਹਾਂ ਕਿ ਜਿੱਦਾਂ ਵੀ ਆ ਟਾਈਮ ਕੱਢ ਕੇ ਜ਼ਰੂਰ ਗੁਰੂ ਜੀ ਦੇ ਨਾਲ ਜਾਣਾ ਚਾਹੀਦਾ, ਆਪਣੇ ਗੁਰੂ ਦੇ ਸਥਾਨ ਨੂੰ ਜ਼ਰੂਰ ਦੇਖਣਾ ਚਾਹੀਦਾ। ਉਹਨਾਂ ਨੇ ਆਪਣੇ ਵਾਸਤੇ ਇੰਨਾ ਕੁਛ ਕੀਤਾ ਗੁਰੂ ਰਵਿਦਾਸ ਮਹਾਰਾਜ ਜੀ ਨੇ, ਅਤੇ ਆਪਾਂ ਨੂੰ ਜ਼ਰੂਰ ਉਹਨਾਂ ਦਾ ਕਰਨਾ ਚਾਹੀਦਾ ਸਤਿਕਾਰ ਜੋ ਵੀ ਹੈ।